गुड आफ्टरनून टू ऑल आज ਦਾ ਵਿਸ਼ਾ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲਾ ਹੈ ਬਹੁਤ ਖਾਸ ਤੇ ਇੰਪੋਰਟੈਂਟ ਹੈ ਰਿਗਾਰਡਿੰਗ ਡਾਇਰੈਕਟ ਫਲਾਈਟਸ ਮੁਲੱਕੀ ਜਿਵੇਂ ਕਿ ਆਪਾਂ ਸਭ ਬਹੁਤ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਸੀ ਅੱਜ ਤੋਂ 5 ਮਹੀਨੇ ਪਹਿਲਾਂ ਕਿ ਡਾਇਰੈਕਟ ਫਲਾਈਟਾਂ ਜੋ ਕਿ ਕੈਨੇਡਾ ਵੱਲੋਂ ਬੈਨ ਕਰ ਦਿੱਤੀਆਂ ਗਈਆਂ ਸੀ ਤੇ ਬੱਚੇ ਇਨਡਾਇਰੈਕਟ ਰੂਟਸ ਤੋਂ ਮੈਕਸੀਕੋ ਦੁਬਈ ਦੇ ਵਾਇਰ ਕੈਨੇਡਾ ਪਹੁੰਚ ਰਹੇ ਸੀ ਤੇ ਟਿਕਟਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਹਾਈ ਸੀ ਟਿਕਟਾਂ ਦੀ ਪ੍ਰਾਈਸ ਦੀ ਕੀਮਤ ਆਪਾਂ ਜੋ ਸਭ ਜਾਣਦੇ ਹਾਂ 3 ਤੋਂ 3.5 ਲੱਖ ਪਰ ਪਰਸਨ ਤੱਕ ਪਹੁੰਚ ਗਿਆ ਸੀ ਜੋ ਕਿ ਹੁਣ ਬਹੁਤ ਹੀ ਘੱਟ ਰੇਟ ਤੇ ਤੁਹਾਨੂੰ ਟਿਕਟਾਂ ਅਵੇਲੇਬਲ ਹੋਣ ਗਿਆ ਕਿਉਂਕਿ ਡਾਇਰੈਕਟ ਫਲਾਈਟਾਂ ਨਹੀਂ ਜੋ ਕਿ 21 ਸਤੰਬਰ ਨੂੰ ਬੈਨ ਸੀਗਾ ਉਸ ਨੂੰ ਹਟਾ ਦਿੱਤਾ ਗਿਆ ਤੇ ਹੁਣ ਤੁਹਾਨੂੰ ਫਲਾਈਟਾਂ ਬਹੁਤ ਹੀ ਘੱਟ ਤੇ ਬਾਜੀ ਬ੍ਰਿਟਾ ਚ ਮਿਲੇਗੀ ਹਾਂਜੀ ਇਹ ਹੈ ਬਹੁਤ ਹੀ ਖਾਸ ਤੇ ਗੁੱਡ ਨਿਊਜ਼ ਜੇ ਜੋ ਕਿ ਹੁਣ ਆਉਣ ਵਾਲੇ ਬੱਚੇ ਕਿ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਜੋ ਕਿ ਪੀਆਰ ਹੋਲਡਰ ਜਾਂ ਵਰਕ ਵੀਜ਼ਾ ਵਾਲੇ ਕੈਨੇਡਾ ਜਾਣਗੇ ਉਹਨਾਂ ਨੂੰ ਡਾਇਰੈਕਟ ਫਲਾਈਟਾਂ ਦਾ ਆਨੰਦ ਲੈ ਸਕਣਗੇ ਲੇਕਿਨ ਇਸ ਵਿੱਚ ਜੋ ਕਿ ਬਹੁਤ ਹੀ ਹਿਊਜ ਅਨਾਊਂਸਮੈਂਟ ਹੈ ਮੇਰੇ ਵੀਡੀਓ ਪੁੰਦੇ ਪੁੰਦੇ ਹੀ ਜੋ ਕਿ ਵੀਡੀਓ ਅਪਲੋਡ ਕਰਨ ਤੋਂ ਕੁਝ ਚੰਦ ਮਿੰਟ ਪਹਿਲਾਂ ਹੀ ਜੋ ਕਿ ਆਈਆਰਸੀਸੀ ਦੀ ਵੈਬਸਾਈਟ ਉੱਤੇ ਟਰਾਂਸਪੋਰਟ ਮਿਨਿਸਟਰ ਦੁਆਰਾ ਬਿਆਨ ਜਾਰੀ ਕੀਤਾ ਗਿਆ ਹੈ ਕਿ ਜੋ ਕਿ ਫਲਾਈਟਾਂ ਦਾ ਬੈਨ ਹੈ ਉਹ 4 ਦਿਨਾਂ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਹੈ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ 4 ਦਿਨਾਂ ਐਕਸਟੈਂਡ ਕਰਨ ਦੇ ਮਾਇਨੇ ਨੇ ਕਿ 22 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਫਲਾਈਟਾਂ ਦੁਬਾਰਾ ਤੋਂ ਬੈਨ ਕਰ ਦਿੱਤੀਆਂ ਗਈਆਂ ਨੇ ਪਰ ਇਸ ਵਿੱਚ ਜੋ ਕੈਚ ਹੈ ਜੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ 22 ਤੋਂ 26 ਵਿੱਚ ਤਿੰਨ ਫਲਾਈਟਾਂ ਜੋ ਕਿ ਉੱਡ ਰਹੀਆਂ ਨੇ ਇੰਡੀਆ ਤੋਂ ਕੈਨੇਡਾ ਉਸਨਾ ਨੇ ਉਹਨਾਂ ਦਾ ਮਕਸਦ ਹੈ ਕਿ ਇਨ੍ਹਾਂ ਤਿੰਨ ਦਿਨਾਂ ਵਿੱਚ ਇਨ੍ਹਾਂ ਤਿੰਨ ਫਲਾਈਟਾਂ ਦੇ ਜ਼ਰੀਏ ਉਹ ਅਬਜ਼ਰਵ ਕਰਨਗੇ ਕਿ ਉਹ ਇੰਪਲੀਮੈਂਟੇਸ਼ਨ ਕਰ ਸਕਦੀ ਨੇ ਕੋਵਿਡ ਵਿੱਚ ਡਾਇਰੈਕਟ ਫਲਾਈਟਾਂ ਨੂੰ ਇੰਡੀਆ ਤੋਂ ਕੈਨੇਡਾ ਲੈਂਡ ਹੋਣ ਵਿੱਚ ਟੋਟਲੀ ਜੋ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਕਿ ਹੁਣ ਐਕਸਪੈਰੀਮੈਂਟ ਮੋਡ ਤੇ ਹੋਏਗਾ 3 ਦਿਨ ਇੰਡੀਆ ਟੂ ਕੈਨੇਡਾ ਫਲਾਈਟ ਜੋ ਕਿ ਉੱਡਣਗੀਆਂ ਜੇ ਇਸ ਵਿੱਚ ਉਹ ਸਫਲ ਰਹਿੰਦੇ ਨੇ ਤੇ ਡਾਇਰੈਕਟ ਫਲਾਈਟਾਂ ਸ਼ੁਰੂ ਹੋਣਗੀਆਂ ਜੇ ਇਸ ਵਿੱਚ ਉਹ ਅਸਫਲ ਰਹਿੰਦੇ ਨੇ ਤੇ ਡਾਇਰੈਕਟ ਫਲਾਈਟਾਂ ਦੁਬਾਰਾ ਤੋਂ ਬੈਂਡ ਹੋ ਜਾਣਗੀਆਂ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ ਡਾਇਰੈਕਟ ਫਲਾਈਟਾਂ ਦੁਬਾਰਾ ਤੋਂ ਬੈਂਡ ਹੋ ਜਾਣਗੀਆਂ ਅਗਰ ਇਹ ਐਕਸਪੈਰੀਮੈਂਟ ਅਸਫਲ ਰਹਿੰਦਾ ਹੈ ਤੇ ਹੋਪ ਫੋਰ ਦਾ ਬੈਸਟ ਫਿੰਗਰ ਕ੍ਰੋਸਡ ਤੁਹਾਨੂੰ ਸਭ ਨੂੰ ਦੁਆਵਾ ਕਰਨੀ ਚਾਹੀਦੀ ਹੈ ਕਿ ਇਹ ਸਭ ਕੁਝ ਇਹ ਪ੍ਰਕਿਰਿਆ ਬਹੁਤ ਹੀ ਸਮੂਥ ਹੋ ਜਾਏ ਕਿਉਂਕਿ ਉਹ ਤੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਡਾਇਰੈਕਟ ਫਲਾਈਟਾਂ ਦੇ ਜੋ ਕਿ ਤੁਸੀਂ ਸਭ ਜਾਣਦੇ ਹੋਵੋਗੇ ਕਿ ਟਰਮੀਨਲ 3 ਤੇ ਕੋਵਿਡ ਦਾ ਇੱਕ ਪ੍ਰੋਪਰ ਇੱਕ ਰੂਮ ਹੈ ਜਿੱਥੇ ਤੁਹਾਡੇ ਕੋਵਿਡ ਦੇ ਟੈਸਟ ਹੋਣਗੇ ਜੋ ਕਿ 8-18 ਘੰਟੇ ਪਹਿਲਾਂ ਦੇ ਹੋਣੇ ਚਾਹੀਦੇ ਹਨ ਜੋ ਕਿ ਆਪਪਰ ਕਿਸੇ ਵੀ ਲੈਬ ਪ੍ਰੋਟਰੀਚ ਨਹੀਂ ਹੋਣਗੇ ਜਿਵੇਂ ਕਿ ਪਹਿਲਾਂ ਆਪਾਂ ਕਿਸੇ ਬਾਹਰੋਂ ਪੈਨਲ ਤੋਂ ਕੋਵੀ ਟੈਸਟ ਕਰਵਾ ਸਕਦੇ ਸੀਗੇ 72 ਘੰਟੇ ਪਹਿਲਾਂ ਲੇਕਿਨ ਹੁਣ ਉਹ ਸਭ ਗੈਰ ਮਨਜ਼ੂਰ ਹੋ ਜਾਣਗੇ ਹੁਣ ਤੁਹਾਨੂੰ ਜਦੋਂ ਵੀ ਡਾਇਰੈਕਟ ਫਲਾਈਟ ਆਫਟਰ 26 ਜੇ ਚਾਲੂ ਹੁੰਦੇ ਹੈ ਤੁਹਾਨੂੰ ਟਰਮੀਨਲ 3 ਚ ਕੋਵੀ ਟੈਸਟ ਕਰਵਾਉਣਾ ਹੋਗਾ 18 ਕਿੰਟੇ ਪਹਿਲਾਂ ਮਤਲਬ ਜੇਕਰ ਤੁਹਾਡੀ ਜਦੋਂ ਫਲਾਈਟ ਹੋਏਗੀ ਤੁਸੀਂ ਉਸ ਤੋਂ 8 ਤੋਂ 10 ਘੰਟੇ ਦੇ ਪਹਿਲੇ ਪਹੁੰਚੋਗੇ ਕੋਵਿਡ ਟੈਸਟ ਕਰਵਾਓਗੇ ਕੋਵਿਡ ਦੀ ਰਿਪੋਰਟ ਲੈ ਕੇ ਤੁਸੀਂ 에ਅ ਕੈਨੇਡਾ ਦੇ ਥਰੂ ਡਾਇਰੈਕਟ ਇੰਡੀਆ ਟੂ ਕੈਨੇਡਾ ਜਾ ਪਾਓਗੇ ਸਿਰਫ ਤੇ ਸਿਰਫ 60 ਤੋਂ 70000 ਦੇ ਖਰਚੇ ਵਿੱਚ ਹਾਂਜੀ ਸੋ 에ਸੀ ਨਿਊਜ਼ ਜਿਹੜੀ ਹਿਊਜ ਅਨਾਉਂਸਮੈਂਟ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਅਸੀਂ ਇਸੇ ਤਰ੍ਹਾਂ ਜੋ ਵੀ ਸਾਨੂੰ ਅਪਡੇਟ ਮਿਲਦੀ ਰਹੂਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਇਸ ਚੈਨਲ ਦੇ ਥਰੂ ਥੈਂਕ